ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਅਦਾਬ ਦੋਸਤੋ। ਅੱਜ ਫਿਰ ਤੁਹਾਡੇ ਨਾਲ ਹਾਜ਼ਰ ਹਾਂ ਇੱਕ ਨਵਾਂ ਵਲੌਗ ਲੈ ਕੇ। ਉਮੀਦ ਕਰਦੇ ਹਾਂ ਜੀ ਸਾਡੇ ਪਹਿਲੇ ਵਲੌਗਾਂ ਦੀ ਤਰ੍ਹਾਂ ਸਾਡੇ ਇਸ ਵਲੌਗ ਨੂੰ ਵਿੱਚ ਪਸੰਦ ਕਰੋਗੇ। ਅਤੇ ਅਸੀਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਅਸੀਂ ਪੰਜਾਬ ਦੇ ਕਲਚਰ, ਪੰਜਾਬ ਦੇ ਜ਼ਿੰਮੀਦਾਰਾਂ ਦੇ ਮਸਾਇਲ ਵੀ ਲੈ ਕੇ ਆਵਾਂਗੇ ਆਪਣੇ ਵਲੌਗ ਦੇ ਵਿੱਚ। ਅਤੇ ਜਿਸ ਤਰ੍ਹਾਂ ਪਹਿਲੇ ਤੁਸੀਂ ਪਿਆਰ ਦਿੱਤਾ, ਪਾਰਟੀਸ਼ਨ ਦੀਆਂ ਵੀਡੀਓਜ਼ ਅਸੀਂ ਡਾਲੀਆਂ, ਤੁਹਾਨੂੰ ਚੰਗੀਆਂ ਲੱਗੀਆਂ ਅਤੇ ਤੁਸੀਂ ਰਿਸਪੋਂਸ ਦਿੱਤਾ। ਇਸੀ ਤਰ੍ਹਾਂ ਇਹਨਾਂ ਵੀਡੀਓ ਨੂੰ ਵੀ ਸ਼ੇਅਰ ਕਰਦੇ ਰਿਹਾ ਕਰੋ ਆਪਣੇ ਦੋਸਤਾਂ ਨੂੰ। ਇਹ ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਹੜੇ ਆਪਣੇ ਪ੍ਰਦੇਸ਼ ਦੇ ਵਿੱਚ ਬੈਠੇ ਨੇ, ਇੰਡੀਆ, ਪਾਕਿਸਤਾਨ, ਪੰਜਾਬੀ ਬੋਲੀ ਜਿਹੜੇ ਜਿਹੜੇ ਜਾਣਦੇ ਨੇ, ਜਿਹੜੇ ਸਮਝਦੇ ਨੇ, ਇਹ ਉਹਨਾਂ ਵਾਸਤੇ ਅਸੀਂ ਵਲੌਗ ਬਣਾਉਂਦੇ ਹਾਂ। ਅਤੇ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਏਗਾ। ਜੀ ਫਿਲਟਰ ਚਲਾਉਣ ਚੱਲੇ ਹਾਂ ਜੀ, ਪਿੰਡੋਂ ਚੜ੍ਹਦੀ ਸਾਈਡ ਵਾਲੀਆਂ ਪੈਲੀਆਂ 'ਚ ਆਏ ਹਾਂ ਅੱਜ। ਇੱਧਰ ਝੋਨੇ ਦੀ ਫਸਲ ਲੱਗ ਚੁੱਕੀ ਹੈ ਅਤੇ ਦੇਖ ਸਕਦੇ ਹੋ ਤੁਸੀਂ, ਇੱਥੇ ਹੁਣ ਲੱਗੇਗੀ ਜੀ ਪਾਣੀ ਨੂੰ, ਕਿਉਂਕਿ ਨਹਿਰ ਦੀ ਰਾਤ ਨੂੰ ਵਾਰੀ ਹੈ, ਲੇਕਿਨ ਉਹ ਪਿੰਡ ਲਿਜਾਣਾ ਪਾਣੀ, ਇਸ ਵਜ੍ਹਾ ਤੋਂ ਅੱਜ ਫੀਡਰ ਚਲਾ ਕੇ ਇਹਨੂੰ ਪਾਣੀ ਪਾ ਦੇਣਾ। ਤੁਹਾਨੂੰ ਪੈਲੀਆਂ ਦਾ ਵਿਊ ਦਿਖਾ ਰਹੇ ਹਾਂ।
فیڈر سے کال پہنچ گئے ہیں. ٹیوبویل ہے جی, پہلے مہینہ ہوا جی نواں بور پہ ہے 200 فٹ. بارش سے بھی اس طرح ہی رہتا ہے, تین ڈک دے شاپر پہنچے. پورا کمرہ بنے گا, وہ والا کمرہ جو نظر آ رہا ہے وہ دیر کے اتنے لے آ کے بنایا جائے گا. دیکھ سکتے ہو کتنی سخت گرمی ہے. سامنے پنڈ لیلا نظر آ رہا ہے, اس طرف چڑھتے والے میلو برکا. جی پیٹر سٹارٹ ہونے لگا. گندہ پانی کڈ رہا جی کیونکہ بارش پی رہی ہے, اس وجہ تو بور دے وچ پانی گندہ چلا گیا. آہستہ آہستہ صاف ہوئے گا.
ٹائم ہو گیا جی 5:30 تو 1 چلا کے گئے سی، ہوں پیلیاں انہیں بھر دیتی نے، پانی بھی صاف ہو گیا سی، پہلے گندا پانی آ رہا سی، ہوں پانی بالکل صاف ہے، ہوں اِسی بند کرنا آئے ہیں۔ کس چیز کی سپرے کرنے لگے ہو جی؟ ہاں کنے دن بعد کرتے سپرے نو؟ دس دن بعد ہے جی، باقی پڑیاں دی ہو گئی جی، صرف یہ رہ گئی ہے۔